ਪੰਜਾਬ ਦੇ ਵਿੱਚ ਖਾਸ ਕਰਕੇ ਹੁਣ ਨਵਾਂ ਕਲਚਰ ਜਿਹੜਾ ਦੇਖਣ ਨੂੰ ਆ ਰਿਹਾ ਹੈ ਮੁੱਦਿਆਂ ਤੇ ਗੱਲਬਾਤ ਵਾਪਸ ਲਿਆਈਏ ਨਾਮ ਵੀ ਲਾ ਦੋ ਪਾਰਟੀ ਦਾ ਇਹਨੂੰ ਛੱਡੋ ਮੈਂ ਕਹੇ ਦਿੱਤਾ ਅਕਾਲੀ ਦਲ ਨਹੀਂ ਹੈ ਇਹ ਤਾਂ ਬਾਦਲ ਦਲ ਹੈ ਤਿੰਨ ਵੱਡੀਆਂ ਪੋਜੀਸ਼ਨਾਂ ਹੋ ਉਹ ਤਿੰਨਾਂ ਚ ਤੁਸੀਂ ਫੈਮਿਲੀ ਦੇ ਬੰਦੇ ਲਾ ਦੋ ਕੀ ਇਹ ਪੋਲੀਟੀਕਲ ਪਾਰਟੀ ਹੈ ਜਾਂ ਇੱਕ ਫੈਮਿਲੀ ਕਲਿੱਕ ਹੈ ਫੈਮਿਲੀ ਵੀ ਤੁਸੀਂ ਨਹੀਂ ਸਮਝਦੇ ਸਾਡੀ ਕੋ ਜ਼ਿੰਮੇਵਾਰੀਆਂ ਜਨਤਾ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਰਾਈਟਸ ਪ੍ਰਤੀ ਦਸੀਏ ਜਾਂ ਉਸ ਟਾਈਮ ਤੁਸੀਂ ਵੀ ਦਬਾਅ ਚਲਦੇ ਹੋ ਇੱਕ ਤਰ੍ਹਾਂ ਇਹ ਕਹਿੰਦਾ ਜਾਂ ਤੁਸੀਂ ਵੀ ਕਹਿੰਦੇ ਛੱਡ ਮੈਂ ਕੀ ਕਰਾਂ ਮੈਂ ਕਿ ਜਿੰਨਾ ਚਿਰ ਤੁਸੀਂ ਫੌਨ ਸੈਕਟਰੀ ਰਹੋਗੇ ਤੁਹਾਡੇ نیچے ਕੰਮ ਨਹੀਂ ਕਰੂੰਗਾ ਨਹੀਂ ਫਿਰ ਤੁਹਾਨੂੰ ਮਤਲਬ ਕਹਿ ਲਓ ਇਹ ਜਿਹੇ ਅਫਸਰਾਂ ਨੂੰ ਰਿਟਾਇਰ ਹੋ ਕੇ ਲੱਗਦਾ ਕੋਈ ਕਹਿੰਦਾ ਮੈਂ ਸੋਸ਼ਲ ਪਲੇਟਫਾਰਮ ਬੁਲਾਣਾ ਐਨਜੀਓ ਬੁਲਾਣਾ ਕੋਈ ਕਹਿੰਦਾ ਮੈਂ ਪੋਲਿਟਿਕਸ 'ਚ ਵੜਦਿਆਂ ਕੀ ਉਹ ਸਿਰਫ ਆਪਣੇ ਪਾਵਰ ਚਾਣ ਲਈ ਦੁਆਰਾ ਇਦਾਂ ਕਰ ਰਹੇ ਆ ਮੈਂ ਇਹ ਕਹਿੰਦਾ ਕਿ ਮੰਚ ਪੋਲਿਟিক্যাল ਪਾਰਟੀ ਨਹੀਂ ਬਣੇਗਾ ਪੰਜਾਬ ਦੀ ਜਾਂ ਦੇਸ਼ ਦੀ ਤਸਵੀਰ ਬਦਲੇਗੀ ਜੇ ਭਾਜਪਾ ਵੀ ਆਉਂਦੀ ਹੈ ਇਹ ਲੋਕਤੰਤਰ ਦੇ ਖਿਲਾਫ ਹੈ ਪੰਜਾਬ ਦੇ ਵਿੱਚ ਖਾਸ ਕਰਕੇ ਹੁਣ ਨਵਾਂ ਕਲਚਰ ਜਿਹੜਾ ਦੇਖਣ ਨੂੰ ਆ ਰਿਹਾ ਥੋੜੀ ਜੀ ਮੈਂ ਤੁਹਾਨੂੰ ਉਹਦੀ ਤਫਸੀਲ ਵੀ ਦੱਸਦਾ ਕਿ 5 ਜਾਂ 7 ਸਾਲ ਪਹਿਲਾਂ ਪੰਜਾਬ ਦੇ ਵਿੱਚ ਆਈਐਸ ਹੁੰਦੇ ਸੀ ਸੋਮ ਪ੍ਰਕਾਸ਼ ਨੌਕਰੀ ਤੋਂ ਵੀਆਰਐਸ ਲਈਤੀ ਐਮਐਲਏ ਚੋਣ ਲੜੀ ਬਣ ਕੇ ਐਮਐਲਏ ਉਸ ਤੋਂ ਬਾਅਦ ਐਮਪੀ ਦੀ ਚੋਣ ਲੜੀ ਸੈਂਟਰ ਸਟੇਟ ਮਿਨਿਸਟਰ ਰਹੇ ਨੇ ਪੰਜਾਬ ਵਿਧਾਨ ਸਭਾ ਦੇ ਜਿਹੜੇ ਡਿਪਟੀ ਸਪੀਕਰ ਨੇ ਸਾਬਕਾ ਪੀਐਸ ਪੀਸੀਐਸ ਅਫਸਰ ਹੈਗੇ ਨੇ ਜਿਹੜੇ ਭਾਜਪਾ ਦੇ ਬੁੱਧੀਜੀਵੀ ਸੈੱਲ ਆ ਉਹਦੇ ਜਿਹੜੇ ਕਨਵੀਨਰ ਨੇ ਪੰਜਾਬ ਦੇ ਉਹ ਸਾਬਕਾ ਆਈਐਸ ਹੈਗੇ ਨੇ ਸਵਰਨ ਸਿੰਘ ਆਈਐਸ ਇੱਕ ਹੋਰ ਹੈਗੇ ਨੇ ਸੁਚਾਰਾਮ ਲੱੱਡੜ ਉਹ ਵੀ ਰਿਟਾਇਰ ਹੋ ਕੇ ਆਪਣਾ ਡਿਵੀਜ਼ਨਲ ਕਮਿਸ਼ਨਰ ਰਹੇ ਨੇ ਇੱਕ ਪੋਲੀਟੀਕਲ ਪਾਰਟੀ ਚ ਜਾ ਮਿਲੇ ਨੇ ਤੇ ਦੜਬਾ ਤੋਂ ਇਲੈਕਸ਼ਨ ਵੀ ਫਾਈਟ ਕਰੇ ਜਿਦੋਂ ਹਰਪਾਲ ਚੀ ਮਾਜਕਲ ਹੈਗੇ ਨੇ ਸੋ ਪੰਜਾਬ ਦੇ ਵਿੱਚ ਵੀ ਇੱਕ ਇਹ ਕਲਚਰ ਦੇਖਣ ਨੂੰ ਮਿਲ ਰਿਹਾ ਹੈ ਕਰਮਜੀਤ ਸਿੰਘ ਸਰਾ ਹੈਗੇ ਨੇ ਸੇਵਾ ਮੁਕਤ ਆਈਐਸ ਉਹਨਾਂ ਨੇ ਐਨਜੀਓ ਬਣਾ ਲੀਆ ਜਾਗਦਾ ਪੰਜਾਬ ਕਹਿੰਦੇ ਪੰਜਾਬੀਆਂ ਨੂੰ ਜਗਾਉਣਾ ਹੈਗਾ ਸੋ ਇਹਨਾਂ ਦੇ ਨਾਲ ਹੀ ਇੱਕ ਸ਼ਾਇਦ ਮੈਂ ਕਵਾਂਗਾ ਸਭ ਤੋਂ ਉੱਪਰ ਜਾ ਕੇ ਕੇਸੀ ਸਿੰਘ ਹੋਰਾਂ ਨੇ ਵੀ ਇੱਕ ਪਲੇਟਫਾਰਮ ਬਣਾਇਆ ਸੋਸ਼ਲ ਪਲੇਟਫਾਰਮ ਸਾਂਝਾ ਸੁਨਹਿਰਾ ਪੰਜਾਬ ਇਹ ਪਲੇਟਫਾਰਮ ਕੀ ਹੈ ਇਹਦਾ ਮਕਸਦ ਕੀ ਹੈ ਕਿਦਾਂ ਲੋਕਾਂ ਜਾ ਕੇ ਵਿਚਰੋਗੇ ਸੋ ਕੇਸੀ ਸਿੰਘ ਜੀ ਇਹ ਸਾਂਝਾ ਸੁਨਹਿਰਾ ਪੰਜਾਬ ਬਣਾਉਣ ਦਾ ਕਿੱਥੋਂ ਮਨਚ ਖਿਆਲ ਆ ਗਿਆ ਦੇਖੋ ਪਾਰਟੀਆਂ ਸਾਰੇ ਬਣਾਈ ਜਾ ਰਹੇ ਸੀ ਮੈਂ ਕੋਈ 3-4 ਮਹੀਨੇ ਦਾ ਜਦ ਆ ਜਿਹੜੇ ਨਾਮ ਪੰਜਾਬੀ ਦੇ ਟੈਲੀਵਿਜ਼ਨ ਤੇ ਆਉਣਾ ਸ਼ੁਰੂ ਕੀਤਾ ਨਹੀਂ ਅੰਗਰੇਜ਼ੀ ਦੇ ਟੈਲੀਵਿਜ਼ਨ ਤੇ 2008 ਤੋਂ ਜਾ ਰਹੇ ਹਾਂ ਉਹ ਸ਼ਹਿਰਾਂ ਵਾਲੇ ਬੰਦੇ ਤੁਹਾਨੂੰ ਪਛਾਣ ਲੈਂਦੇ ਲੇਕਿਨ ਸਾਡੇ ਪਿੰਡੂ ਭਰਾ ਜਿਹੜੇ ਹੈਗੇ ਉਹਨਾਂ ਨੂੰ ਨਹੀਂ ਪਤਾ ਉਹਦਾ ਹਾਂ 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 ਅ ਤੋ ਉਹ ਜਦ ਉਹਦੇ ਉਹਦੇ ਤੇ ਜਦ ਲੋਕਾਂ ਦੇ ਜਵਾਬ ਆਣੇ ਸ਼ੁਰੂ ਹੋਏ ਯੂ نو 30000 ਬੰਦਿਆਂ ਨੇ ਦੇਖ ਲਿਆ ਫੇਸਬੁਕ ਤੇ ਚਲਾ ਗਿਆ ਲੱਖ 2 ਲੱਖ ਤੋਂ ਉੱਤੇ ਵਾਇਰਲ ਹੋ ਗਿਆ ਔਰ ਉਹਦੇ ਵਿੱਚ ਹਜ਼ਾਰ ਬੰਦਾ ਉੱਪਰ ਕਰ ਰਿਹਾ ਹੈ 25 30 50 ਲਾਈਕ ਕਰ ਰਹੇ ਅੰਗੂਠੇ ਹਾਂ ਉਹ ਲਿਖੇ ਹੋਏ ਜਿਹੜੇ ਉਹਦੇ ਚ ਆ ਰਹੇ ਆ तकरीबन 95% ਕਹਿ ਰਹੇ ਆ ਇਹ ਜੀਆਂ ਆਵਾਜ਼ਾਂ ਅੱਗੇ ਆਉਣੀਆਂ ਚਾਹੀਦੀਆਂ ਤੇ ਫਿਰ ਉਹ ਜਿਹੜੇ ਬੰਦੇ ਇੰਟਰਵਿਊ ਕਰ ਰਹੇ ਸੀਗੇ ਜੀ ਆਵਾਜ਼ ਬੜੀ ਆ ਰਹੀ ਥੱਲੇੋਂ ਤੁਸੀਂ ਅੱਗੇ ਆਓ ਮੈਂ ਕਿਹਾ ਦੇਖੋ ਪਾਰਟੀ ਨਹੀਂ ਬਣਾਨੀ ਕਿਉਂਕਿ ਪਾਰਟੀਆਂ ਤਾਂ بڑے ਲੋਕ ਬਣਾ ਲਿਆ ਉਹ ਤਾਂ ਇਹ ਜਾਇ ਬੱਸ ਪਹਿਲਾਂ ਲਿਆਓ ਨਵੀਂ ਬੱਸ ਖਰੀਦ ਕੇ ਫਿਰ ਸੀਟੀਆਂ ਮਾਰੋ ਸਵਾਰੀਆਂ ਹੈ ਨਹੀਂ ਉਹਦੇ ਚ ਫਿਰ ਨਾ ਉਹਦੀ ਕੋਈ ਰੂਟ ਪਲਾਨ ਹੈ ਕਿ ਇਹ ਬੱਸ ਨੇ ਜਾਣਾ ਕਿੱਥੇ ਮੈਂ ਕਿਹਾ ਪਹਿਲਾਂ ਲੋਕਾਂ ਨਾਲ ਗੱਲਬਾਤ ਸ਼ੁਰੂ ਕਰੀਏ हां ये तो सुनी सुनाई ਗੱਲ ਹੈ ਮੁੱਦਿਆਂ ਤੇ ਗੱਲਬਾਤ ਵਾਪਸ ਲਿਆਈਏ ਦੇਖੋ ਇਸ ਵੇਲੇ ਪੰਜਾਬ ਚ ਕੋਈ ਮੁੱਦਿਆਂ ਦੀ ਗੱਲ ਕਰ ਰਹੀ ਹੈ ਪਾਰਟੀ ਇੱਕ ਪਾਰਟੀ ਨੂੰ ਤਾਂ ਚੀਫ ਮਿਨਿਸਟਰ ਦਾ ਚਿਹਰਾ ਚਾਹੀਦਾ ਉਹਨੂੰ ਲੱਭਣ ਲੱਗੀ ਹੋਈ ਹੈ ਇੱਕ ਦੇ ਵਿੱਚ ਨਾਮ ਵੀ ਲੈ ਲਓ ਪਾਰਟੀ ਦਾ ਉਹਨੂੰ ਛੱਡੋ ਇੱਕ ਦੇ ਵਿੱਚ ਛੱਡ ਦੀ ਗੱਲ ਕਰ ਰਹੇ ਹਾਂ ਇੱਕ ਦੇ ਵਿੱਚ ਮੋਦੀ ਜੀ ਕਹਿੰਦੇ ਹੁੰਦੇ ਆ ਦੋ ਇੰਜਨ ਦੀ ਸਰਕਾਰ ਹਾਂ ਹੱਲੇ ਵੀ ਬੀਜੇਪੀ ਉੱਤੇ ਹੀ ਬੀਜੇਪੀ ਬਿਲਕੁਲ ਇੱਕ ਪਾਰਟੀ 'ਚ ਦੋ ਇੰਜਨ ਨੇ ਠੀਕ ਹੈ ਪਰ ਇੱਕ ਕਲਕਾ ਨੂੰ ਜਾ ਰਿਹਾ ਹੈ ਇੱਕ ਦਿੱਲੀ ਨੂੰ ਜਾ ਰਿਹਾ ਹੈ ਗੱਡੀ ਖੜੀ ਹੈ ਚੰਡੀਗੜ੍ਹ ਸਟੇਸ਼ਨ ਤੇ ਠੀਕ ਹੈ ਉਹ ਕਿਧਰ ਜਾਏਗੀ ਅੱਛਾ ਉਹ ਕਿਧਰੋਂ ਜਾਊਗੀ ਦੋ ਇੰਜਨ ਹੈਗੇ ਉਹਦੇ ਦੇ ਠੀਕ ਹੈ ਅੱਛਾ ਤੀਜੀ ਜਿਹੜੀ ਹੈ ਉਹ ਤਾਂ ਇੱਕ ਪਾਰਟ ਸਿਰਫ ਫੈਮਿਲੀ ਹੈ ਫੈਮਿਲੀ ਕੰਟਰੋਲ ਪਾਰਟੀ ਹੈ ਠੀਕ ਹੈ ਅੱਛਾ ਮੈਂ ਇੱਕ ਦਿਨ ਕਹਿ ਦਿੰਦਾ ਮੈਂ ਕਹਿੰਦਾ ਇਹ ਬਾਦਲ ਵਾਲੀ ਹਾਂ ਠੀਕ ਹੈ ਮੈਂ ਕਹਿੰਦਾ ਤਾਂ ਅਕਾਲੀ ਦਲ ਨਹੀਂ ਹੈ ਇਹ ਤਾਂ ਬਾਦਲ ਦਲ ਹੈ ਠੀਕ ਹੈ ਉਹਨਾਂ ਦੇ ਪ੍ਰਵਕਤਾ ਜਿਹੜੇ ਸੋਸ਼ਲ ਮੀਡੀਆ ਤੇ ਨੇ ਉਹਨਾਂ ਨੇ ਬ ਨੇ ਇੱਥੇ ਫੈਕਟਰੀਆਂ ਲਵਾਈਆਂ ਉਹ ਲਵਾਈਆਂ ਮੈਂ ਮੈਂ ਮੋਟਾ ਸਵਾਲ ਪੁੱਛਦਾ ਹੂੰ ਤਿੰਨ ਵੱਡੀਆਂ ਪੋਸਟਾਂ ਸੀ ਕੈਬਨਿਟ ਮਿਨਿਸਟਰ ਸੈਂਟਰ ਚ ਹਾਂ ਚੀਫ ਮਿਨਿਸਟਰ ਡੈਪਟੀ ਚੀਫ ਮਿਨਿਸਟਰ ਬਿਲਕੁਲ ਤਿੰਨਾ ਚ ਫੈਮਿਲੀ ਤੋਂ ਇਲਾਵਾ ਬੰਦਾ ਕੋਈ ਕਿਉਂ ਨਹੀਂ ਮਿਲਿਆ ਪੰਜਾਬ ਚ ਕੋਈ ਲਾਇਕ ਹੈ ਹੀ ਨਹੀਂ ਇੱਥੇ ਨਹੀਂ ਇੱਥੇ ਨਹੀਂ ਸੈਂਟਰ ਚ ਵੀ ਨਹੀਂ ਹਾਂ ਟਰਨ ਸਾਹਿਬ ਵੀ ਫਿਟਨੈਸ ਕੇਸ ਕੰਮ ਦੇ ਕੋ ਟਰਬਨ ਫੇਸ ਲੱਭਦੇ ਨਹੀਂ ਇਹਨਾਂ ਤੋਂ ਆਪਣੇ ਤੋਂ ਇਲਾਵਾ ਸੋ ਇਸ ਕਰਕੇ ਹੋਰ ਗੁਜਰਾਲ ਨੂੰ ਲਾ ਦਿੰਦੇ ਬਿਨਾ ਟਰਬਨ ਨਹੀਂ ਲਾ ਦਿੰਦੇ ਕਿਸੇ ਹਾਂ ਬਿਲਕੁਲ ਹਾਂ ਸੋ ਇਸ ਕਰਕੇ ਜੇ ਤਿੰਨ ਵੱਡੀਆਂ ਪੋਜੀਸ਼ਨਾਂ ਹੋਣ ਹੂੰ ਉਹ ਤਿੰਨਾ ਚ ਤੁਸੀਂ ਫੈਮਿਲੀ ਦੇ ਬੰਦੇ ਲਾ ਦਿਓ ਚੋਰਾ ਪੁੱਤ ਤੈਨੂੰ ਅੰਦਾਜ਼ਾ ਕੀ ਤੁਸੀਂ ਲਗਾਓਗੇ ਕਿ ਇਹ ਪੋਲੀਟੀਕਲ ਪਾਰਟੀ ਹੈ ਕਿ ਇੱਕ ਫੈਮਿਲੀ ਕਲਿੱਕ ਹੈ ਫੈਮਿਲੀ ਵਾਲਾ ਅ ਇਹ ਨਾ ਤਾਂ ਹੋਰ ਜਗ੍ਹਾ ਵੀ ਨਹੀਂ ਕਰਦੇ ਸ਼ੈ ਤਲਿੰਗਾ ਤਲਿੰਗਾਣਾ ਵਾਲੇ ਨੇ ਕੀਤਾ ਹੈ ਸਹੀ ਹੈ ਆਦਰਵਾਇਜ਼ ਪਿਓ ਪੁੱਤ ਤਾਂ ਕਿਧਰੇ ਵੀ ਚੀਫ ਮਿਨਿਸਟਰ ਡੈਪਟੀ ਚੀਫ ਮਿਨਿਸਟਰ ਨਹੀਂ ਲੱਗੇ ਹਾਂ ਨਾਈ ਹੁੰਦੇ ਨਾਈ ਹੁੰਦੇ ਨਾਰਮਲੀ ਜਾਂ ਪਾਰਟੀ ਦਾ ਹੈਡ ਬਨਾਤਾ ਉਧਰ ਲੱਗੇ ਰਹੇ ਜਗ੍ਹਾ ਸੋ ਇਸ ਕਰਕੇ ਇਹਨੂੰ ਇਸ ਹੱਦ ਤਾਈਂ ਅਸੀਂ ਲਿਆਈਏ ਪੰਜਾਬ ਚ ਕੋਈ ਖੇਤਰੀ ਪਾਰਟੀ ਨਹੀਂ ਹੈ ਜਿਹੜੀ ਜਿਹਦਾ ਕੰਟਰੋਲ ਇੱਕ ਟੱਬਰ ਕੋਲ ਨਾ ਹੋਵੇ ਜਾਂ ਪੰਜਾਬ ਤੋਂ ਬਾਹਰ ਨਾ ਹੂੰ ਦੇਖੋ ਕਾਂਗਰਸ ਦੇ ਜੋ ਮਰਜ਼ੀ ਕਹੀ ਜਾਏ ਕੈਪਟਨ ਸਾਹਿਬ ਦੀ ਸ਼ਖਸੀਅਤ ਜੋ ਮਰਜ਼ੀ ਹੋਵੇ ਹੁਣ ਤੁਸੀਂ ਹਾਲਤ ਦੇਖੋ ਕੀ ਹੈ ਕਿ ਜੇ ਇੱਥੇ ਰੌਲਾ ਪੈਂਦਾ ਹੈ ਤਾਂ ਭੱਜੇ ਬੰਦੇ ਜਾਂਦੇ ਦੇਰਾਦੂਨ ਦਿੱਲੀ ਵੀ ਨਹੀਂ ਗਏ ਦੇਰਾਦੂਨ ਅੱਛਾ ਦੇਰਾਦੂਨ ਤੋਂ ਉਹ ਫੋਨ ਕਰਾਉਂਦੇ ਫਿਰ ਦਿੱਲੀ ਫਿਰ ਕਹਿੰਦੇ ਜੀ ਦਿੱਲੀ ਚਲੇ ਗਏ ਇੱਕ ਬੰਦਾ ਜਿਹੜਾ ਲੜ ਰਿਹਾ ਉਹ ਦਿੱਲੀ ਚਲਾ ਗਿਆ ਫਿਰ ਉਹਨੂੰ ਉੱਥੇ ਹਲੇ ਜਦ ਕੋਈ ਨਹੀਂ ਮਿਲਿਆ ਕਹਿੰਦੀ ਮੈਂ ਤਾਂ ਆਪਣੇ ਕੰਮ ਗਿਆ ਸੀ ਬਈ ਇਹਦਾ ਫੈਸਲਾ ਪੰਜਾਬ ਚ ਕਿਉਂ ਨਹੀਂ ਹੁੰਦਾ ਤੁਸੀਂ ਬਾਹਰ ਕਿਉਂ ਭਜਦੇ ਹੋ ਹਾਂ ਹਾਂ ਅੱਛਾ ਦੂਜੀ ਪਾਰਟੀ ਜਿਹੜੀ ਆ ਦੇਖੋ ਹੁਣ ਇੱਕ ਪੋਲ ਨਿਕਲੀ ਆ ਉਹ ਕਹਿੰਦੇ ਸਾਰਿਆਂ ਤੋਂ ਵੱਡੀ ਸ਼ਖਸੀਅਤ ਹੈ ਜਿਹੜਾ ਦਿੱਲੀ ਚ ਬੈਠਾ ਹੈ ਉਸ ਪਾਰਟੀ ਦਾ ਲੀਡਰ ਹਾਂ ਨਾਓ ਉਹ ਤਾਂ ਸਾਨੂੰ ਪਤਾ ਹੀ ਹੈ ਕਿ ਉਹ ਪੰਜਾਬ ਦਾ ਪੰਜਾਬ ਦਾ ਵਾਲੀਬਾਰਸ ਬਸੇ ਬੈਠਾ ਹੈ ਕਿ ਇੱਕ ਬਾਗਡੋਰ ਇੱਕ ਬੰਦੇ ਕੋਲੀ ਹੈ ਉਸ ਪਾਰਟੀ ਦੀ ਤਾਂ ਇਸ ਕਰਕੇ ਪੰਜਾਬ ਦੀ ਲੋੜ ਕੀ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਮਰਜ਼ੀ ਬਣ ਜਾ ਚੀਫ ਮਿਨਿਸਟਰ ਬਣ ਵੀ ਜਾਂਦਾ ਕੱਲ ਨੂੰ ਜੇ ਤੁਸੀਂ ਮੁੱਦਿਆਂ ਤੇ ਪੋਲਿਟਿਕਸ ਨਹੀਂ ਕੀਤੀ ਜੇ ਤੁਸੀਂ ਇਹ ਮੁੱਦਿਆਂ ਤੇ ਲੋਕਾਂ ਨੂੰ ਨਹੀਂ ਪੁੱਛੇ ਇਹ ਮੁੱਦਿਆਂ ਦਾ ਕੀ ਇਲਾਜ ਹੈ ਖੇਤੀਬਾੜੀ ਦੇਖੋ ਜੇ ਆਪਾਂ ਸਕੇ ਇੱਕ insani ਅੰਦੋਲਨ ਜਿਹੜਾ ਇਹ ਬਿਮਾਰੀ ਨਹੀਂ ਹੈ ਇਹ ਬਿਮਾਰੀ ਦਾ ਚਿੰਨ ਹੈ ਇਹ ਸਿੰਪਟਮ ਹੈ ਬਿਮਾਰੀ ਦਾ ਲੱਛਣ ਹੈ ਉਹਦਾ ਬਿਮਾਰੀ ਜਿਹੜੀ ਹੈ ਬਿਮਾਰੀ ਹੈਗੀ ਹੈ ਜਿਹੜਾ ਥੋੜਾ ਖੇਤੀਬਾੜੀ ਸੰਕਟ ਹੈ ਜਿਹੜੇ ਸਾਈਕਲ ਚ ਤੁਸੀਂ ਫਸੇ ਹੋਏ ਹੋ ਆਮਦਨੀ ਕਿਵੇਂ ਬਤਾਉਣੀ ਹੈ ਉਹਦੀ ਕੋਈ ਗੱਲ ਨਹੀਂ ਦੂਜੀ ਹੈਗੀ ਹੈ ਬੱਚੇ ਕਿਉਂ ਭੱਜ ਰਹੇ ਬਾਹਰ ਹਮ 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 ਲੇਬਰ ਕਰਨ ਨੌਕਰੀਆਂ ਕਰਨ ਇਮੀਗ੍ਰੇਸ਼ਨ ਕਰਨ ਮੈਕਸੀਕੋ ਜਾਂਦੇ ਆ ਉੱਥੋਂ ਪੈਸੇ ਦੇ ਕੇ ਜੰਗਲਾਂ ਦੇ ਵਿੱਚੋਂ ਬਾਰਡਰ ਕਰਾਸ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂ ਹਮ ਕਿਉਂ ਨਹੀਂ ਇੱਥੇ ਕਿਉਂ ਉਹਨਾਂ ਨੂੰ ਕੋਈ ਭਵਿਕਨੀ ਨਜ਼ਰ ਆਉਂਦਾ ਪੰਜਾਬ 'ਚ ਇਹਦੇ ਤੇ ਹੈ ਕੋਈ ਚਰਚਾ ਇਹ ਥੀਸਵਾਲ ਮੇਰੇ ਇੱਕੋ ਮੇਰੇ ਖਿਆਲ ਚ ਜਿੰਨੇ ਟੌਪ ਆਫ ਦਾ ਬਿਊਰੋਕਰੇਟਸ ਰਹੇ ਨੇ ਜਾਂ ਤੁਸੀਂ ਵੀ ਉਹਦਾ ਹਿੱਸਾ ਹੈਗੇ ਹੋ ਤੁਸੀਂ ਵੀ ਸੋਸ਼ਲ ਪਲੇਟਫਾਰਮ ਤੇ ਆ ਰਹੇ ਹੋ ਜਦੋਂ ਤੁਸੀਂ ਜ਼ਿੰਮੇਵਾਰੀ ਤੁਹਾਡੇ ਤੇ ਬੁਲਦੀ ਹੈ ਤੁਹਾਡੇ ਕੋਲ ਤਾਕਤ ਹੁੰਦੀ ਹੈ ਆਪਣੇ ਕਲਮ ਨਾਲ ਲਿਖਣ ਦੀ ਤੁਸੀਂ ਸਿਸਟਮ ਦਾ ਹਿੱਸਾ ਹੁੰਨੇ ਹੋ ਮੈਂ ਹਰ ਬਿਊਰੋਕਰੇਟ ਨੂੰ ਇਹ ਸਵਾਲ ਕਰਦਾ ਨਾ ਤੁਸੀਂ ਵੀ ਉਹਦੇ ਵਿੱਚ ਇੱਕ ਆ ਕਿਉਂ ਸੀਨੀਅਰ ਲੈਵਲ ਤੇ ਰਹੇ ਹੋ ਤੁਸੀਂ ਨਹੀਂ ਸਮਝਦੇ ਸਾਡੀ ਕੋਈ ਜ਼ਿੰਮੇਵਾਰੀ ਹੈ ਜਨਤਾ ਨੂੰ ਉਹਨਾਂ ਦੇ ਅਹ ਜੇ ਹੱਕਾਂ ਪ੍ਰਤੀ ਰਾਈਟਸ ਪ੍ਰਤੀ ਦਸੀਏ ਜਾਂ ਉਸ ਟਾਈਮ ਤੁਸੀਂ ਵੀ ਦਬਾਅ ਚਲਦੇ ਹੋ ਪੋਲੀਟੀਸ਼ੀਅਨਸ ਦਾ ਦੇਖੋ ਮੈਂ ਇਕ ਤਰ੍ਹਾਂ ਕਹਿਣਾ ਯਾ ਤੁਸੀਂ ਵੀ ਕਹਿੰਦੇ ਛੱਡ ਮੈਂ ਕੀ ਲੈਣਾ ਖੁਦ ਕਿਸਮਤ ਇਸ ਲਈ ਸੀਗਾ ਦੇਖੋ ਮੇਰੀ ਪੋਜੀਸ਼ਨ ਬੜੀ ਹਾਈ ਸੀ ਨੀ ਬਿਲਕੁਲ ਬਹੁਤ ਉੱਚੇ ਲੈਵਲ ਤੇ ਜੇ ਮੈਂ ਆਈਐਸ ਲੈ ਲੈਂਦਾ ਮੈਨੂੰ ਪੰਜਾਬ ਮਿਲ ਜਾਣਾ ਸੀ ਬਿਲਕੁਲ ਮਿਲ ਜਾਣਾ ਸੀ ਪਰ ਮਨ ਚਾਹੀ ਸੀਟ ਮਿਲ ਜਾਣੀ ਸੀ ਫੋਰਨ ਸਰਵਿਸ ਚ ਚਲਾ ਗਿਆ ਹੁਣ ਮੈਂ ਇਹ ਕਹਿੰਦਾ ਕਿ ਉਹ ਚੰਗਾ ਕੀਤਾ ਮੈਂ ਬਾਹਰ ਚਲਾ ਗਿਆ ਕਿਉਂਕਿ ਬਾਹਰ ਜਾ ਕੇ ਸਾਰੀ ਦੁਨੀਆ ਦੇਖੀ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਨਾਲ ਕੰਮ ਕੀਤਾ ਪ੍ਰਾਈਮ ਮਿਨਿਸਟਰ ਨਾਲ ਕੰਮ ਕੀਤਾ ਸੋ ਇਸ ਕਰਕੇ ਥੋੜੀ ਜਿਹੜੀ ਦੇਖਣ ਦੀ ਨਜ਼ਰੀਆ ਨਜ਼ਰੀਆ ਹੋ ਜਾਂਦਾ ਹੈ ਉਹ ਬਹੁਤ ਚੌੜਾ ਹੋ ਜਾਂਦਾ ਬਹੁਤ ਵੱਡਾ ਜਾਂਦਾ ਹੈ ਬਿਲਕੁਲ ਜਾ ਤੁਸੀਂ ਇੱਥੇ ਹੀ ਰਹਿੰਦੇ ਹੋ ਉਹ ਖੂਦ ਦੇ ਡੱਡੂ ਵਾਲੀ ਗੱਲ ਹੋ ਜਾਂਦੀ ਹੈ ਹੁਣ ਉਹ ਇੱਕ ਡੱਡੂ ਬਾਹਰ ਨਿਕਲਦਾ ਰਿਟਾਇਰ ਹੋ ਕੇ ਉਹ ਕਹਿੰਦਾ ਨਾ ਮੇਰਾ ਤਾਂ ਖੂਨ ਨਾਲ ਕੋਈ ਸੰਬੰਧ ਹੀ ਨਹੀਂ ਹੁਣ ਬਈ ਜੇ 30 35 ਸਾਲ ਤੁਸੀਂ ਇੱਥੇ ਰਹੇ ਹੋ ਹਾਂ ਜਾਂ ਤਾਂ ਕਦੇ ਚੀਫ ਮਨਿਸਟਰ ਨਾਲ ਝੜਪ ਹੋਈ ਹੋਵੇ ਪਾਲਿਸੀ ਤੇ ਮੈਂ 2 ਸਾਲ ਛੁੱਟੀ ਤੇ ਰਿਆਂ ਇੱਕ ਫੋਰਨ ਸੈਕਟਰੀ ਨਾਲ ਲੜ ਕੇ ਅੱਛਾ ਉਹਨੇ ਮੇਰੀ ਮੈਂ ਬਾਹਰ ਟਰੈਵਲ ਕਰ ਰਿਆ ਸੀ ਦਿక్షిਤ ਸਾਹਿਬ ਫੋਰਨ ਸੈਕਟਰੀ ਸੀ ਰਿਟਾਇਰ ਹੋਏ ਮੈਂ ਤੇ ਹਰਦੀਪ ਪੁਰੀ ਜਿਹੜੇ ਹੁਣ ਮਿਨਿਸਟਰ ਨੇ ਅਸੀਂ ਬੈਚਮੇਟ ਐ ਉਹ ਸਾਡੇ ਦੋਨਾਂ ਦੇ ਪਿੱਛੇ ਪੈ ਗਏ ਜਿਹੜਾ ਅਗਲਾ ਫੋਰਨ ਸੈਕਟਰੀ ਬਣਿਆ ਕਿ ਤੁਸੀਂ ਸਾਡੀ ਗੱਲ ਮੈਂ ਐਡਮਿਨਿਸਟ੍ਰੇਸ਼ਨ ਦਾ ਇੰਚਾਰਜ ਹੁੰਦਾ ਸੀ ਦੇਖੋ ਜਦ ਫੋਰਨ ਸੈਕਟਰੀ ਐ ਤਾਂ ਮੈਂ ਫੋਰਨ ਸੈਕਟਰੀ ਨੂੰ ਪੁੱਛਣਾ ਮੈਂ ਦੂਜੇ ਨੂੰ ਨਹੀਂ ਪੁੱਛੂੰਗਾ ਉਹ ਜਦ ਫੋਰਨ ਸੈਕਟਰੀ ਬਣਿਆ ਉਹਨਾਂ ਇਹਨਾਂ ਨੂੰ ਸਬਕ ਸਿਖਾਉਣੇ ਆ ਦੋਨੋਂ ਜਾਣੇ ਬਹੁਤ ਆਪਿਆਂ ਨੂੰ ਸੰਭਦੇ ਸੀ ਠੀਕ ਐ ਮੈਂ ਟਰੈਵਲ ਕਰ ਰਿਹਾ ਸੀ ਬਾਹਰ ਪਰਮਿਸ਼ਨ ਲੈ ਕੇ ਗਿਆ ਪਹਿਲਾਂ ਇਹ ਅਗਲੇ ਐਡੀਸ਼ਨ ਸੈਕਟਰੀ ਨੇ ਪੁੱਛ ਲਿਆ ਅਗਲੇ ਬੰਦੇ ਨੂੰ ਦਿਖਸ਼ਿਤ ਸਾਹਿਬ ਰਿਟਾਇਰ ਹੋਏ ਸੀ ਸਾਊਥ ਅਫਰੀਕਾ ਦੇ ਵਿੱਚ ਇਲੈਕਸ਼ਨਾਂ ਹੋਣ ਵਾਲੀਆਂ ਸੀ ਸੋ ਇਸ ਕਰਕੇ ਦੋ ਤਿੰਨ ਦੇਸ਼ਾਂ 'ਚ ਫੋਰਨ ਸਫੇਜ਼ ਇਨਸਪੈਕਟਰ ਦਾ ਜਾਣਾ ਬੜਾ ਜ਼ਰੂਰੀ ਸੀ ਅਸੀਂ ਘਰ ਲੱਭਣਾ ਸੀ ਉੱਥੇ ਕਿੱਥੇ ਨਵਾਂ ਹਾਈ ਕਮਿਸ਼ਨਰ ਜਾਊਗਾ ਕਿੱਥੇ ਰਹੂਗਾ ਕੌਂਸਲ ਜਾਣ ਦਾ ਕਰ ਸੋ ਉਹ ਕਹਿੰਦੇ ਇਹ ਡਿਲੇ ਨਹੀਂ ਕਰ ਸਕਦੇ ਜਦ ਤੱਕ ਨਵਾਂ ਫੋਰਨ ਸੈਕਟਰੀ ਆਏਗਾ ਅੱਛਾ ਮੈਂ ਜ਼ਾਂਬੀਆਤ ਸੀ ਪਿੱਛੋਂ ਖਬਰ ਆਈ ਕਿ ਮੈਨੂੰ ਜੁਆਇੰਟ ਸੈਕਟਰੀ ਐਡਮਿਨਿਸਟ੍ਰੇਸ਼ਨ ਨੂੰ ਬਦਲ ਕੇ ਕੁਝ ਹੋਰ ਲਾ ਤਕ ਸੋ ਜਦ ਮੈਂ ਵਾਪਸ ਆ ਰਿਹਾ ਹਾਂ ਮੈਂ ਜਦ ਵਾਪਸ ਆਇਆ ਮੈਂ ਲਿਖ ਕੇ ਉਹਨੂੰ ਦਿੱਤਾ ਮੈਂ ਕਿਹਾ ਮੈਂ ਟਰੈਵਲ ਕਰ ਰਿਹਾ ਸੀ ਮੈਂ ਅਜ਼ਾਜ਼ਤ ਲੈ ਕੇ ਗਿਆ ਆਫੀਸ਼ਲੀ ਪਰ ਮੈਨੂੰ ਵਾਪਸ ਆ ਕੇ ਚੇਂਜ ਕਰ ਦਿੰਦੇ ਇਟ ਵਾਸ ਫਾਈਨ ਮੇਰੀ ਜਿਹੜੀ ਤਾਕਤ ਸੀ ਉਹ ਪੁਰਾਣੀ ਪੋਜੀਸ਼ਨ ਤੋਂ ਮੈਨੂੰ ਤਾਕਤ ਮਿਲ ਰਹੀ ਸੀ ਉੱਥੇ ਜਿਹੜਾ ਮੈਂ ਕੰਮ ਕਰ ਰਿਹਾ ਹਾਂ ਹਾਂ ਬਿਲਕੁਲ ਉਸ ਡੈਸੀਮੇਸ਼ਨ ਤੇ ਮੈਂ ਕਿਹਾ ਫੋਰਨ ਸੈਕਟਰੀ ਕੋਲ ਪੂਰਾ ਇਖਤਿਆਰ ਹੈ ਮੈਨੂੰ ਬਦਲਣ ਦਾ ਹਮ ਲੇਕਿਨ ਫੋਰਨ ਸੈਕਟਰੀ ਕੋਲ ਇਹ ਇਖਤਿਆਰ ਨਹੀਂ ਮੇਰੀ ਬੇਇਜ਼ਤੀ ਕਰੇ ਮੈਂ ਕਿਹਾ ਜਿੰਨਾ ਚਿਰ ਤੁਸੀਂ ਫੋਰਨ ਸੈਕਟਰੀ ਰਹੋਗੇ ਤੁਹਾਡੇ ਨੀਚੇ ਕੰਮ ਨਹੀਂ ਕਰੂੰਗਾ ਮੈਂ ਕਾਗਜ਼ਾ ਲਿਖਦਾ 1 ਸਾਲ ਦੀ ਛੁੱਟੀ ਉਹਦੇ 11 ਮਹੀਨੇ ਟੈਸਟ ਲਈ ਹਾਂ ਹਾਂ ਆਈ ਸੈਡ ਆਈ ਵਿਲ ਨਾਟ ਸਰਵ 1 ਡੇ ਠੀਕ ਹੈ ਸੇ ਹੈਗੇ ਇੱਥੇ ਜੇ ਕੋਈ ਇੱਥੇ ਹੈਗੇ ਜਿਨ੍ਹਾਂ ਨੇ ਹੁਕਮਰਾਨ ਨਾਲ ਪੰਗਾ ਲਿਆ ਹੋਵੇ ਕਿ ਜੀ ਤੁਸੀਂ ਮੇਰੀ ਬੇਇੱਜ਼ਤੀ ਨਹੀਂ ਕਰ ਸਕਦੇ ਮੈਂ ਐਡਵਾਈਸ ਦਿੱਤੀ ਹੈ ਐਡਵਾਈਸ ਮੰਨੋ ਚਾਹੇ ਨਾ ਮੰਨੋ ਤੋਹਫੀਂ ਸੀਗੀ ਅਫਸਰ ਦੀ ਸਿੱਧੇ ਤੌਰ ਤੇ ਤੋ ਇਸ ਕਰਕੇ ਫਿਰ ਰਾਸ਼ਪਤੀ ਭਵਨ ਜਦ ਮੈਂ ਸੀ ਹੂੰ 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 ਪੰਗਾ ਜਦ ਰਾਸ਼ਪਤੀ ਦਾ ਤੇ ਪ੍ਰਧਾਨ ਮੰਤਰੀ ਦਾ ਵੱਧ ਗਿਆ ਪਿਛਲੇ 7 ਮਹੀਨੇ ਚ ਉਹ ਗਿਆਨੀ ਜੀ ਨੇ ਲਾਈਨ ਤੇ ਲਿਆਂਦਾ ਰਾਜੀਵ ਗਾਂਧੀ ਨੂੰ ਚਲੋ ਉਹਨਾਂ ਨੂੰ ਤਾਂ ਘਰ ਮਿਲ ਗਿਆ ਹੋ ਰਹਿ ਗਏ ਮੈਂ ਚਲਾ ਗਿਆ 터ਕੀ ਬਿਰਿਆ ਰਿਪੋਰਟਾਂ ਲਿਖੀਆਂ ਸੀ ਰਾਸ਼ਪਤੀ ਨੇ ਸਾਰੀਆਂ ਉੱਚ ਅ ਸਤਰ ਦੀਆਂ ਹੂੰ ਹੂੰ ਤੇ ਹਾਈ ਲੈਵਲ ਹਾਂ ਤੇ ਉਹਨਾਂ ਦੀ ਰਿਪੋਰਟ ਪ੍ਰਾਈਮ ਮਿਨਿਸਟਰ ਵੀ ਡਾਊਨ ਗ੍ਰੇਡ ਨਹੀਂ ਕਰ ਸਕਦਾ ਕਿਉਂਕਿ ਰਾਸ਼ਪਤੀ ਨੇ ਲਿਖੀਆਂ ਬਿਲਕੁਲ ਮੈਂ 터ਕੀ 'ਚ ਐ ਮੈਨੂੰ ਪਤਾ ਲੱਗਿਆ ਮੇਰੀ ਪ੍ਰੋਮੋਸ਼ਨ ਰੋਕ ਲਈ ਅੱਛਾ ਸੋ ਮੈਂ ਉਥੋਂ ਲਿਖ ਕੇ ਭੇਜਿਆ ਕਿਉਂਕਿ ਅਸੀਂ ਰਜ਼ਾਇਨ ਨਹੀਂ ਕਰ ਸਕਦੇ ਜਦ ਬਾਹਰ ਹੋਈ ਹਾਂ ਬਿਲਕੁਲ ਸੋ ਮੈਂ ਕਿਹਾ ਮੈਨੂੰ ਰਿਜ਼ਾਈਨ ਕਰਨ ਲਈ ਮੇਰੀ ਪੋਸਟਿੰਗ ਵਾਪਸ ਕੀਤੀ ਜਾਵੇ ਮੈਂ ਆਪਣੇ ਬੱਚਿਆਂ ਨੂੰ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਬੱਚਿਆਂ ਨੂੰ ਉਸ ਵੇਲੇ ਇੱਕ ਅਮਰੀਕਨ ਸਕੂਲ ਇੱਕ ਬ੍ਰਿਟਿਸ਼ ਸਕੂਲ ਦੋਨਾਂ ਨੂੰ ਵਾਈਫ ਨੂੰ ਸਮਾਨ ਉਹਨਾਂ ਦਾ ਪੈਕ ਚੰਡੀਗੜ੍ਹ ਅ ਘਰ ਸੀਗਾ ਇੱਥੇ ਮਾਤਾ ਜੀ ਸੀਗੇ ਵਾਈਪੀਐਸ 'ਚ ਪੜ੍ਹੇ ਹੋ ਇੱਕ ਸਾਲ ਠੀਕ ਹੈ ਫੋਰਨ ਸਰਵਿਸ ਆਫਸਰ ਦੇ ਬੱਚੇ ਹੋਣ ਦੇ ਬਾਵਜੂਦ ਵਾਈਪੀਐਸ ਇੱਕ ਸਾਲ ਵਾਈਪੀਐਸ ਮੋਹਾਲੀ 'ਚ ਪੜ੍ਹੇ ਹੋ ਹੂੰ 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 ਕਿਉਂਕਿ ਮੈਂ ਕਿਹਾ ਠੀਕ ਹੈ ਹੁਣ ਜੇ ਪ੍ਰਧਾਨ ਮੰਤਰੀ ਅਰੇਂਜ ਕਰਨਾ ਤਾਂ ਫਿਰ ਠੀਕ ਹੈ ਬਾਹਰ ਨਿਕਲ ਕੇ ਕਰਾਂਗੇ ਲੜਾਈ ਠੀਕ ਹੈ ਸੋ ਉਹ ਮੇਰੇ ਆਣ ਤੋਂ ਵਾਪਸ ਤੋਂ ਆਣ ਤੋਂ ਪਹਿਲਾਂ ਪਹਿਲਾਂ ਵੇਰੀ ਉਹਨੇ ਪ੍ਰੋਮੋਸ਼ਨ ਕਰਤੀ ਫਿਰ ਜਦ ਮੈਂ ਵਾਪਸ ਆਇਆ ਮੈਂ ਫੋਰਨ ਸੈਕਟਰੀ ਬਣ ਗਿਆ ਸੋ ਇਸ ਕਰਕੇ ਕਈ ਮੋੜ ਆਉਂਦੇ ਆ ਸਾਡੀ ਲਾਈਫ ਚ ਅਫਸਰ ਦਬ ਉਹਨਾਂ ਦਾ ਅਫਸਰਾਂ ਦਾ ਪਤਾ ਲੱਗ ਜਾਂਦਾ ਜਿਹੜੇ ਅਫਸਰ ਕਿਸੇ ਕੰਮ ਤੱਕ ਇਹ ਚੀਜ਼ਾਂ ਉੱਥੇ ਸਿੱਖੀਆਂ ਹਾਂ ਦਿੱਲੀ ਜਾ ਕੇ ਯੂ نو ਜਿੱਥੇ ਇੱਕ ਦੂਜੀ ਪ੍ਰਧਾਨ ਮੰਤਰੀ ਨੂੰ ਇੱਕ ਮਨਿਸਟਰ ਨੂੰ ਤੁਸੀਂ ਕਹਿ ਸਕਦੇ ਹੋ ਨਹੀਂ ਵੈਸੇ ਕੀ ਮੰਨਦੇ ਹੋ ਜਿਹੜੇ ਟਾਪ ਆਫ ਦਾ ਬਿਊਰੋਕਰੇਟ ਆਈਐਸ ਜਿਹੜੇ ਹੁੰਦੇ ਆ ਜਾਂ ਆਈਐਫਐਸ ਹੁੰਦੇ ਆ ਕਈ ਕਿੰਨੇ ਪਰਸੈਂਟ ਲੋਕ ਇਹ ਹਜੇ ਨਹੀਂ ਜਿਹੜੇ ਇਸ ਬਿਊਰੋਕੇਟ ਕੈਟਾਗਰੀ ਦੇ ਆਫੀਸਰ ਕੈਟਾਗਰੀ ਦੇ ਜਿਹੜੇ ਦਬਾਅ ਚੱਲਦੇ ਆ ਉਹ ਉਹਨਾਂ ਉਹਨਾਂ ਦੀ ਤਦਾਰ ਕੱਟ ਰਿਹਾ ਹਾਂ ਤਦਾਰ ਘਟਦੀ ਜਾਂਦੀ ਹੈ ਹਲੇ ਵੀ ਹੈਗੇ ਚੰਗੇ ਅਫਸਰ ਹੈਗੇ ਆ ਤੁਸੀਂ ਕੱਲਾ ਜੇ ਤੁਸੀਂ ਕਹੋ ਕਿ ਬਹੁਤ ਵਧੀਆ ਅਫਸਰ ਹੋਵੇ ਹੋਵੇ ਔਰ ਬਿਲਕੁਲ ਉਹਦੇ ਤੇ ਕੋਈ ਦਾਗ ਨਾ ਹੋਵੇ ਉਹ ਬਹੁਤ ਥੋੜੇ ਘਟ ਜਾਂਦੇ ਆ ਠੀਕ ਹੈ ਕਈਆਂ ਤੇ ਦਾਗ ਨਹੀਂ ਹੋਊਗਾ ਉਹ ਉਸ ਤਰ ਦੇ ਨਹੀਂ ਹੋਣਗੇ ਠੀਕ ਹੈ ਸੋ ਇਸ ਕਰਕੇ ਪੋਲੀਟੀਸ਼ੀਨ ਨੂੰ ਵੀ ਲਪਣਾ ਪੈਂਦਾ ਵੀ ਕੰਮ ਵੀ ਲੈਣਾ ਹੁੰਦਾ ਨਹੀਂ ਫਿਰ ਤੁਹਾਨੂੰ ਮਤਲਬ ਕਹਿ ਲਓ ਇਹ ਜੇ ਅਫਸਰਾਂ ਨੂੰ ਰਿਟਾਇਰ ਹੋ ਗਈ ਲੱਗਦਾ ਕੋਈ ਕਹਿੰਦਾ ਮੈਂ ਸੋਸ਼ਲ ਪਲੇਟਫਾਰਮ ਬੁਲਾਣਾ ਐਨਜੀਓ ਬੁਲਾਣਾ ਕੋਈ ਕਹਿੰਦਾ ਮੈਂ ਪੋਲੀਟਿਕਸ 'ਚ ਵੜ ਜਾ ਕਿ ਉਹ ਸਿਰਫ ਆਪਣੇ ਪਾਵਰ ਚਾਣ ਲਈ ਦੁਬਾਰਾ ਇਦਾਂ ਕਰ ਰਿਹਾ ਇਹ ਤਾਂ ਕਿ ਮੈਨੂੰ ਜੀਐਸਐਸ ਹੁੰਦੀ ਰਵੇ ਇਹ ਤਾਂ ਉਹ ਜਵਾਬ ਦੇਣ ਪਰ ਮੇਰਾ ਤੁਸੀਂ ਤੁਸੀਂ ਵੀ ਉਸੇ ਰਸਤੇ ਰਹੋ ਨਾ ਹੁਣ ਤੁਸੀਂ ਉਸੇ ਰਸਤੇ ਤੁਰਿਆ ਹੋਏ ਹੋ ਮੇਰਾ ਰਿਟਾਇਰ 2008 ਦਾ ਹਾਂ 8 ਦੇ ਹੋ ਗਏ ਬਾਕੀ ਵੀ ਰਿਟਾਇਰ ਚੁੱਕੇ ਨੇ ਨਹੀਂ ਨਹੀਂ ਮੈਂ ਤਾਂ 2008 ਦਾ ਪਬਲਿਕ 'ਚ ਹਾਂ ਬਿਲ 2-3 ਸਾਲ ਟ੍ਰਿਬਿਊਨ ਚ ਲਿਖਦਾ ਰਿਹਾ ਕਾਲਮ ਉਹ ਫਿਰ ਉਹਨਾਂ ਨੇ ਛੇੜਖਾਨੀ ਕੁਝ ਮੇਰੇ ਕਾਲਮ ਦੀ ਸ਼ੁਰੂ ਕੀਤੀ ਮੈਂ ਬੰਦ ਕਰਤਾ ਸੋ ਇਸ ਕਰਕੇ ਮੇਰਾ ਤਾਂ ਹਿਸਾਬ ਸਿੱਧਾ ਹੁੰਦਾ ਹੈ ਮੈਂ ਟੀਵੀ ਤੇ ਰਿਹਾ ਮੈਂ ਮਨਮੋਨ ਸਿੰਘ ਸਰਕਾਰ ਦੀ ਕ੍ਰਿਟਿਸਿਜ਼ਮ ਕਰਦਾ ਸੀ ਉਹਨਾਂ ਦੀ ਆਲੋਚਨਾ ਕਰਦਾ ਸੀ ਹੁਣ ਮੋਦੀ ਸਰਕਾਰ ਦੀ ਕਰਦਾ ਅੱਛਾ ਕਈ ਬੰਦੇ ਜਿਨ੍ਹਾਂ ਨੇ ਉਹ ਦੇਖੀ ਨਹੀਂ ਹੁੰਦੇ ਇਹਨੇ ਪ੍ਰੋਗਰਾਮ ਇਹ ਤਾਂ ਜੀ ਕਾਂਗਰਸੀ ਹੈ ਉਹ ਮੈਂ ਕਿਹਾ ਭਾਈ ਜਦ ਕਾਂਗਰਸੀ ਸਰਕਾਰ ਸੀ ਉਹਨਾਂ ਦੀ ਵੀ ਆਲੋਚਨਾ ਕਰੀਂਦੀ ਸੀ ਇਹ ਜੇ ਤੁਸੀਂ ਖੜੇ ਹੋ ਪਬਲਿਕ ਪਲੇਟਫਾਰਮ ਤੇ ਜਿਹੜਾ ਵੀ ਗਲਤ ਕਰ ਜਿਹੜੀ ਵੀ ਸਰਕਾਰ ਹੋ ਉਹਦੇ ਬਾਰੇ ਲਿਖਣਾ ਪਊਗਾ ਤੁਹਾਨੂੰ ਸੋ ਇਸ ਕਰਕੇ ਇਹ ਨਹੀਂ ਹੁੰਦਾ ਕਿ ਮੈਂ ਕਿਉਂਕਿ ਭਾਜਪਾ ਦੀ ਅਲੋਚਨਾ ਕਰਦਾ ਮਤਲਬ ਮੈਂ ਕਾਂਗਰਸੀ ਹਾਂ ਮੈਂ ਤਾਂ ਕਾਂਗਰਸ ਦੀ ਵੀ ਕਰਦਾ ਸੀ ਹਾਂ ਉਹ ਇਹ ਨਹੀਂ ਕਹਿੰਦੇ ਜਿੱਥੇ ਜਿਹੜਾ ਗਲਤ ਲੱਗਿਆ ਉਹਨੂੰ ਗਲਤ ਕਿਹਾ ਮਤਲਬ ਜੇ ਤੁਸੀਂ ਪਬਲਿਕ ਪਲੈਸ ਸੋ ਇਸ ਕਰਕੇ 8 ਦਾ ਸਾਲ ਦਾ ਇੱਕ ਪੀਰੀਅਡ ਹੈਗਾ ਜਿਹਦੇ ਵਿੱਚ ਪਬਲਿਕ ਚ ਖੜੇ ਹੋ ਕੇ ਟੈਲੀਵਿਜ਼ਨ ਦੇ ਕੈਮਰੇ ਆ ਮੂਰੇ ਖੜੇ ਹੋ ਕੇ ਉਹ ਦੇਖੋ ਜਦ ਇਹ ਪ੍ਰਾਈਮ ਮਿਨਿਸਟਰ ਮਨਮੋਨ ਸਿੰਘ ਸੀਗੇ ਸ਼ਰਮਲ ਸ਼ੇਖ ਇਹਨਾਂ ਨੇ ਮੀਟਿੰਗ ਕੀਤੀ ਮੁਸ਼ਰਫ ਨਾਲ ਮੈਂ ਤੇ ਜੀਪਾਰਸਾਰਥੀ ਅਸੀਂ ਦੋਨੋਂ ਸਟੂਡੀਓ ਸੀ ਔਰ ਮੈਨੂੰ ਦੱਸਿਆ ਕਿਸੇ ਬੰਦੇ ਨੇ ਬਾਅਦ ਚ ਜਿਹੜਾ ਉਹਨਾਂ ਦੇ ਨਾਲ ਸੀਗਾ ਈਜੀਪਟ ਦੇ ਵਿੱਚ ਜਿੱਥੇ ਮੀਟਿੰਗ ਚੱਲ ਰਹੀ ਸੀ ਅਸੀਂ ਉਸੇ ਵਕਤ ਦੋਨਾਂ ਨੇ ਸਟੂਡੀਓ ਚ ਟਾਈਮਸ ਨਾਲ ਉਦੋਂ ਠੀਕ ਲਾਈਨ ਤੇ ਚੱਲਦਾ ਸੀਗਾ ਹੁਣ ਅੱਜ ਕੱਲ ਤਾਂ ਮੈਂ ਯੂ نو ਉਹਨਾਂ ਦਾ ਪਤਾ ਕਿਸ ਤਰੀਕੇ ਨੇ ਸੋ ਅਸੀਂ ਦੋਨਾਂ ਨੇ ਸਟੂਡੀਓ ਚ ਬੈਠ ਕੇ ਇਹਦੀ ਆਲੋਚਨਾ ਸ਼ੁਰੂ ਕੀਤੀ ਕਿ ਇਹ ਗਲਤ ਹੈ ਜਿਹੜੇ ਮੀਟਿੰਗ ਕਰ ਰਹੇ ਹੈ ਬਿਲਕੁਲ ਗਲਤ ਨਹੀਂ ਉਹ ਕਹਿੰਦੇ ਇੱਕਦਮ ਅੱਧੇ ਘੰਟੇ ਚ ਦਿੱਲੀੋਂ ਟੈਲੀਫੋਨ ਆ ਗਿਆ ਪਾਰਟੀ ਹੈਡਕੁਆਟਰ ਤੋਂ ਉਹ ਵਿਆ ਕੀ ਕਰ ਰਿਹਾ ਨਹੀਂ ਕਿ ਇਹ ਕੀ ਹੋ ਗਿਆ ਕੀ ਗੱਲ ਹੋ ਗਈ ਸੋ ਇਸ ਕਰਕੇ ਅਸਰ ਪੈਂਦਾ ਇੰਨਾ ਚੀਜ਼ਾਂ ਨਾ ਤਾਂ ਉਸ ਉਹਨਾਂ ਪਲੇਟਫਾਰਮ ਤੇ ਖੜ ਕੇ ਪੋਜੀਸ਼ਨਾਂ ਲਈਆਂ ਹੋਈਆਂ ਜਾਂ ਤਾਂ ਬੰਦੇ ਦਿਖਾਓ 8-10 ਸਾਲ ਤੁਸੀਂ ਕੋਈ ਕੀਤਾ ਹੈ ਜਾਂ ਕੰਮ ਫਿਰ ਤੁਸੀਂ ਉਹਦੇ ਚਾਓ ਹਲੇ ਵੀ ਮੈਂ ਪੋਲਿਟਿਕਸ ਨਹੀਂ ਮੈਂ ਤਾਂ ਕਹਿ ਰਿਹਾ ਹਲੇ ਅਸੀਂ ਪਲੇਟਫਾਰਮ ਬਣਾਇਆ ਹੈ ਜਿਹਦੇ ਚ ਕੀ ਪੰਜਾਬ ਚ ਮੁੱਦੇ ਉਠਾਈਏ ਜਿਹੜੇ ਮੁੱਦੇ ਅਸੀਂ ਨੈਸ਼ਨਲ ਲੈਵਲ ਤੇ ਉਠਾਉਂਦੇ ਰਹੇ ਹਾਂ ਉਹਦਾ ਪੰਜਾਬ ਨੂੰ ਹਿੰਜਕਲ ਫਾਇਦਾ ਸਾਝਾ ਸੁਨਹਿਰਾ ਪੰਜਾਬ ਜਨਤਾ ਚ ਕੀ ਲੈ ਕੇ ਜਾਏਗਾ ਉਹ ਜਨਤਾ ਚ ਆ ਉਹਨਾਂ ਨੂੰ ਕਹਿੰਗੇ ਜੀ ਮੁੱਦਿਆਂ ਤੇ ਕਰੀ ਆਪਾਂ ਦੇਖੋ ਇੱਕੁਰਾਲੀ ਦੇ ਕੋਲ ਅਸੀਂ ਪਹਿਲੀ ਮੀਟਿੰਗ ਨੰਦਪੁਰ ਸਾਹਿਬ ਗਏ ਮੱਥਾ ਟੇਕਿਆ 10ਵਾਂ 10ਵੇਂ ਪਾਸ਼ਾ ਦਾ ਆ ਸਾਰਾ ਸਥਾਨ ਉੱਥੋਂ ਚੰਡੀਗੜ੍ਹ ਤੱਕ ਜੁੜਿਆ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਰਾਲੀ ਦੇ ਕੋਲ ਅਸੀਂ ਕੋਈ ਮੀਟਿੰਗ ਕੀਤੀ 300 350 ਬੰਦਿਆਂ ਦੀ ਸਰਪੰਚਾਂ ਪੰਚਾਂ ਨੂੰ ਕਹਿ ਕੇ ਜਿਹੜੇ ਬੰਦੇ ਮਿੱਤਰ ਜਾਣਦੇ ਸੀ ਜਿੰਨੀ ਗੈਦਰਿੰਗ ਕਰ ਸਕਦੇ ਉਹਨਾਂ ਦੇ ਨਾਲ ਇੰਟਰਐਕਟਿਵ ਕੀਤਾ ਉਹਨਾਂ ਨੂੰ ਕਿਹਾ ਜੀ ਮੈਂ ਬੋਲਿਆ ਗੁਰਬੀਰ ਸੰਧੂ ਮੇ ਉਦੇ ਬਾਅਦ ਉਹਨਾਂ ਨੂੰ ਕਿਹਾ ਹੁੰਦਾ ਸੀ ਸਵਾਲ ਪੁੱਛੋ ਹੂੰ ਸੋ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਹੁਣ ਉਹਨਾਂ ਚੋਂ ਗੱਲ ਉੱਠ ਕੇ ਆਈ ਕਿ ਇੱਥੇ ਦਸ਼ਮੇਸ਼ ਕਨੈਲ ਦੀ ਪ੍ਰੋਪੋਜ਼ਲ ਸੀ ਹੂੰ ਉਹ ਕਿਉਂ ਨਹੀਂ ਹੁਣ ਉਹ ਪੁੱਲ ਗਿਆ ਸਾਰੇ ਐਸ ਵੀ ਐਲ ਦੀ ਕਰ ਕਰਕੇ ਐਸ ਵੀ ਐਲ ਚੋਂ ਨਿਕਲ ਨਹੀਂ ਸੀ ਹੁਣ ਪਤਾ ਕੀਤਾ ਕਿ ਉਹ ਕਿਉਂ ਠੱਪ ਹੋ ਗਈ ਸੋ ਉਹ ਕਹਿ ਰਿਹਾ ਜਿੰਨਾ ਪਹਾੜ ਦੇ ਨਾਲ ਨਾਲ ਏਰੀਆ ਸਾਡੇ ਪਾਣੀ 1000 ਫੁੱਟ ਤੇ ਹੈ ਸਾਨੂੰ ਕਮਲਜੀਤ ਸਿੰਘ ਜਿਹੜੇ ਗੁਜ਼ਰ ਗਏ ਅਕਾਲੀ ਦਲ ਦੇ ਤੇ ਕਹਿੰਦੇ ਉਹਨਾਂ ਨੇ ਵਾਅਦਾ ਕੀਤਾ ਕੈਪਟਨ ਕਬਲਜੀਤ ਕੈਪਟਨ ਕਬਲਜੀਤ ਅਸੀਂ ਆ ਬਣਾਵਾਂਗੇ ਤੁਹਾਡੇ ਲਈ ਨਹਿਰ ਤੇ ਉਹ ਨਹਿਰ ਕਿੱਥੇ ਗਈ ਹੁਣ ਇਹ ਮੁੱਦਾ ਸਾਡੇ ਜ਼ਿੰਚ ਨਹੀਂ ਸੀ ਉਹਦੇ ਲੋਕਾਂ ਨਾਲ ਗੱਲ ਕਰੋ ਉਤੋਂ ਇਹ ਲੱਗਦਾ ਲੋਕਾਂ ਨੂੰ ਪੁੱਛਦਾ ਨਹੀਂ ਕੋਈ ਉਹ ਜਾ ਕੇ 20000 ਬੰਦੇ ਇਕੱਠੇ ਕਰਲੇ 30000 ਇਕੱਠੇ ਕਰਲੇ ਉਹਨਾਂ ਨੂੰ ਲੈਕਚਰ ਮਾਰਿਆ ਤੇ ਤੁਰਦੇ ਲੱਗੇ ਅਸੀਂ ਕਰ ਰਹੇ ਹਾਂ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਟਾਊਨ ਹਾਲ ਮੀਟਿੰਗ 300 200 300 ਬੰਦਾ ਡਾਇਲੌਗ ਵਿਦ ਕਾਮਨ ਮੈਨ ਕਹਿੰਦੇ ਉਹਦੇ ਨਾਲ ਗੱਲ ਕਰੋ ਉਹ ਗੱਲ ਤੁਹਾਨੂੰ ਸਵਾਲ ਪੁੱਛਣਗੇ ਕੁਝ ਤੁਹਾਡੇ ਸਾਡੀ ਗੱਲ ਉਹ ਮੰਨਣ ਕੁਝ ਉਹਨਾਂ ਦੀ ਗੱਲ ਚੋਂ ਅਸੀਂ ਅੱਗੇ ਵਧਾਵਾਂਗੇ ਮੁੱਦਾ ਜਿਹੜਾ ਉਹ ਚੱਕਦੇ ਆ ਇਹ ਗੱਲਬਾਤ ਕਈ ਜਗ੍ਹਾ ਫਿਰ ਇਹਨੂੰ ਅਸੀਂ ਕਰਾਂਗੇ ਬਠਿੰਡੇ ਕਣੀ ਲੈ ਕੇ ਜਾਵਾਂਗੇ ਹੋਰ ਜਗ੍ਹਾ ਲੈ ਕੇ ਜਾਵਾਂਗੇ ਫਿਰ ਪਤਾ ਲੱਗੇਗਾ ਲੋਕ ਅੰਮ੍ਰਿਤਸਰ ਅ ਮਾਜੇ ਦੇ ਵਿੱਚ ਲੈ ਕੇ ਜਾਵਾਂਗੇ ਲੋਕ ਕੀ ਕਹਿ ਰਹੇ ਆ ਇੱਕੋ ਹੀ ਗੱਲ ਕਹਿ ਰਹੇ ਆ ਅਲੱਗ-ਅਲੱਗ ਕਹਿ ਰਹੇ ਨਹੀਂ ਲੱਗਦਾ ਤੁਹਾਨੂੰ ਕੱਲ ਨੂੰ ਸਵਾਲ ਉੱਠਣਗੇ ਅਰੇ ਕੱਲ ਨੂੰ ਨਵੀਂ ਪਾਰਟੀ ਬਣਾ ਲੈਣਗੇ ਤੁਹਾਡੇ ਵਾਲੇ ਇਹ ਸਵਾਲ ਆਣਾ ਸ਼ੁਰੂ ਤਾਂ ਨਹੀਂ ਹੋਇਆ ਲੇਕਿ ਤੁਸੀਂ ਕੱਲ ਨੂੰ ਪਾਰਟੀ ਜਾ ਰਹੇ ਹੋ ਇਹ ਸਵਾਲ ਉੱਠਦੇ ਨੇ ਮੈਂ ਸਿਰਫ ਇੱਕ ਗੱਲ ਕਹਿੰਨਾ ਹੈ ਕਿ ਸਪੈਕੂਲੇਟਿਵ ਸਵਾਲ ਦਾ ਕੋਈ ਜਵਾਬ ਠੀਕ ਹੈ ਤੁਸੀਂ ਕਹਿੰਦੇ ਹੋ ਪ੍ਰਧਾਨ ਮੰਤਰੀ ਹਾਲਾਂਕਿ ਤੁਹਾਡਾ ਮਨ ਜਿੰਨਾ ਮਰਜੀ ਸਾਫ ਹੈ ਕਿ ਮੈਂ ਪਾਰਟੀ 'ਚ ਨਹੀਂ ਜਾਣਾ ਪਰ ਲੋਕ ਪੁੱਛਣਗੇ ਨਹੀਂ ਮੈਂ ਇਹ ਕਹਿ ਰਿਹਾ ਕਿ ਇਸ ਵੇਲੇ ਇਹ ਤੈਅ ਕਰਨਾ ਕੌਣ ਬੰਦਾ ਕਿੱਥੇ ਜਾਏਗਾ ਸਹੀ ਨਹੀਂ ਹੈ ਅਸੀਂ ਮੰਚ ਬਣਾਇਆ ਮੈਂ ਇਹ ਕਹਿਣਾ ਕਿ ਮੰਚ ਪੋਲਿਟੀਕਲ ਪਾਰਟੀ ਨਹੀਂ ਬਣੇਗਾ ਸਮਝ ਗਏ ਮੰਚ ਮੰਚ ਹੀ ਰਹੇਗਾ ਠੀਕ ਹੈ ਜੇ ਕਿਸੇ ਬੰਦੇ ਨੇ ਪੋਲਿਟੀਕਲ ਪਾਰਟੀ ਬਣਾਉਣੀ ਹੈ ਜਾਂ ਕਿਸੇ ਪੋਲਿਟੀਕਲ ਪਾਰਟੀ 'ਚ ਜਾਣਾ ਹੈ ਉਹ ਛੱਡ ਕੇ ਚਲਾ ਜਾਵੇ ਲੇਕਿਨ ਤੁਸੀਂ ਜਿਹੜੇ ਆਪਣੇ ਸਾਂਝਾ ਸੁਨਹਿਰਾ ਜ Punjab ਦੇ ਵਿੱਚ ਡਿਗਨਿਟੀ ਸ਼ਾਮਿਲ ਕੀਤੇ ਨੇ 25 ਤਰੀਕ ਨੂੰ ਤੁਸੀਂ ਤਾਂ ਲਾਂਚ ਕੀਤਾ ਹੈ ਉਹ ਫਿਰ ਇਸ਼ੂ ਵੀ ਬਣ ਗਿਆ ਬਿੰਕ ਕਮਾਂਡਰ ਗਿੱਲ ਤੇ ਦੂਜੇ ਗਿੱਲ ਸਾਹਿਬ ਤੇ ਉਹਨਾਂ ਦਾ ਇੱਕ ਆ ਗਿਆ ਸੀ ਰਿਜ਼ਾਈਨ ਨਹੀਂ ਵੀ ਕੋਪਣੀ ਇਹ ਮਾਰਸ਼ਲ ਸਾਹਿਬ ਨਹੀਂ ਗਏ ਉਹ ਸਾਡੇ ਨਾਲ ਨੇ ਸਿਰਫ ਕਰਨਲ ਗਿੱਲ ਤੇ ਕਰਨਗਿੱਲ ਉਹਨਾਂ ਦੇ ਨਾਲ ਦੋ ਹੋਰ ਬੰਦੇ ਚਲੇ ਗਏ ਬਾਕੀ ਹੈ ਕਿ ਮੈਂ ਪਹਿਲਾਂ ਹੀ ਕਿਹਾ ਹਲੇ ਉਹ ਉਹ ਕੀ ਮਤਭੇਦ ਹੋਗੇ ਕਿਦਾਂ ਡਿਫਰੈਂਸ ਪੈਦਾ ਹੋਗੇ ਨਹੀਂ ਜੀ ਬਣਨ ਤਾਂ ਹਫਤਾ ਬਾਅਦ ਹੀ ਨਹੀਂ ਉਹ ਦੇਖੋ ਇਹ ਤਾਂ ਉਹ ਜਾਣਨ ਮੈਂ ਇਹ ਕਹਿ ਰਿਹਾ ਗੁੱਡ ਲੱਕ ਟੂ 뎀 ਸਾਡਾ ਪਲੈਟਫਾਰਮ ਓਪਨ ਪਲੈਟਫਾਰਮ ਹੈ ਹਲੇ ਰਜਿਸਟਰ ਨਹੀਂ ਹੋਇ ਇਹਦਾ ਕੋਈ ਚਾਰਟਰ ਨਹੀਂ ਹੈ ਹੂੰ ਹੂੰ ਇਹਦੇ ਚ ਬੰਦੇ ਉਦੋਂ ਇਕੱਠੇ ਹੋਏ ਉਹਨਾਂ ਨੂੰ ਕੋਈ ਚੀਜ਼ ਨਹੀਂ ਪਸੰਦ ਆਈ ਉਹ ਨੇਮ ਪਲੇਟ ਦਾ ਇਸ਼ੂ ਬਣਾ ਲਿਆ ਸੀਗਾ ਨਹੀਂ ਨਹੀਂ ਦੇਖੋ ਜੀ ਨੇ ਛੱਡਣਾ ਉਹ ਇਕੱਲੇ ਕੇਸੀ ਸਿੰਘ ਦੀ ਲੱਗੀ ਐ ਨੇਮ ਪਲੇਟ ਉਹ ਮੈਂ ਉੱਥੇ ਆਇਆ 5 ਮਿੰਟ ਪਹਿਲਾਂ ਸਾਰੇ ਬੰਦੇ ਖੜੇ ਸੀ 15 20 ਮਿੰਟਾਂ ਦੇ ਜੇ ਕਿਸੇ ਨੂੰ ਕੁਝ ਇਤਰਾਜ ਸੀਗਾ ਉਦੋਂ ਕਹਿ ਦਿੰਦੇ ਕੇਸੀ ਸਿੰਘ ਨੇ ਰੋਕਿਆ ਕਿ ਦੂਜਿਆਂ ਦੀ ਪਲੇਟ ਨਾ ਲਾਓ ਚਲੋ ਉਹਨੂੰ ਛੱਡੋ ਉਹ ਤਾਂ ਇਹ ਹੈ ਕਿ ਆਟਾ ਗੁੰਦੀ ਦਾ ਸਿਰ ਕਿਉਂ ਹਿਲਦਾ ਜਾਂ ਤੁਹਾਡੀ ਵੀ ਹਲਾਤ ਹਟਾ ਦਿੰਦੇ ਉਹ ਨਹੀਂ ਨਹੀਂ ਅਟਾ ਗੁੰਡੀ ਦਾ ਸਿਰ ਕਿਉਂ ਹਿੱਲਦਾ ਹੈ ਇਹ ਕਿਉਂ ਬਹਾਨਾ ਲੱਪਣਾ ਹੈ ਬਹਾਨਾ ਲੱਭੀ ਜਾਓ ਮੋਟੀ ਗੱਲ ਹੈ ਠੀਕ ਹੈ ਤੁਹਾਨੂੰ ਨਹੀਂ ਪਸੰਦ ਫਾਈਨ ਹੋਰ ਬੰਦੇ ਨੇ ਜਿਹੜੇ ਅੰਦਰ ਆਣਾ ਚਾਹੁੰਦੇ ਸੋ ਅਸੀਂ ਆਪਣਾ ਕੰਮ ਜਾਰੀ ਰੱਖ ਰਹੇ ਹਾਂ ਹੁਣ ਕੱਲ ਜਾ ਕੇ ਆਏ ਹਾਂ ਬਾਬਾ ਜੀ ਕੋਲ ਬਾਬਾ ਸੇਵਾ ਜੀ ਖਡੂਰ ਸਾਹਿਬ ਜੀ ਕੋਲ ਖਡੂਰ ਸਾਹਿਬ ਉਹ ਨਾਲ ਸਾਡੇ ਬੈਠੇ ਸਾਰੀ ਚੀਜ਼ ਦਿਖਾਈ ਵਾਤਾਵਰਣ ਤੇ ਕੀ ਕੰਮ ਕਰ ਰਹੇ ਹੈ ਸਕੂਲਾਂ ਚ ਕੀ ਮੇ ਕਰ ਰਹੇ ਹੈ 에어 ਮਾਰਸ਼ਲ ਸਾਹਿਬ ਨੇ ਉਹਨਾਂ ਜਿਹੜੇ ਬੱਚੇ ਐਨਡੀਏ ਲਈ ਤਿਆਰ ਕਰ ਰਹੇ ਹੋ ਬੱਚੇ ਸੋ 에어 ਮਾਰਸ਼ਲ ਸਾਹਿਬ ਨੇ ਲੈਕਚਰ ਦਿੱਤਾ ਉਹਨਾਂ ਨੇ ਕਹਿੰਦੇ ਮੈਂ ਵੀ ਇੱਕ ਦਿਨ ਫਿਰ ਉਹਨਾਂ ਦੀ ਹਾਕੀ ਦੀ ਟੀਮ ਹੈ ਉਹਨਾਂ ਨੇ ਦੱਸਿਆ ਕਿ ਦੋ ਬੱਚੇ ਨੈਸ਼ਨਲ ਟੀਮ ਦੇ ਉੱਥੋਂ ਗਏ ਹੈ ਹਮ 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 ਸਿਲੈਕਟ ਹੋਏ ਸਿਲੈਕਟ ਹੋ ਕੇ ਹੌਲੀ ਹੌਲੀ ਫਿਰ ਉਹ 올ंपियन ਸਾਡੇ ਹੈਗੇ ਸੰਧੂ ਸਾਹਿਬ ਉਹਨਾਂ ਨੇ ਲੈਕਚਰ ਦਿੱਤਾ ਕਿ ਸਪੋਰਟਸ ਕਿਵੇਂ ਅੱਗੇ ਵਧਣਾ ਹੈ ਹਮ 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 ਦਿਮਾਗ ਨੂੰ ਕਿਵੇਂ ਪੂਰੀ ਜੋਸ਼ਕ ਵਿੱਚ ਲਗਾਉਣਾ ਹੈ ਸੋ ਇਸ ਕਰਕੇ ਇਹ ਤਾਲੁਕਾਤ ਉਹਨਾਂ ਨਾਲ ਰੱਖੇ ਅਚਾ ਫਿਰ ਮੈਂ ਉਹਨਾਂ ਨੂੰ ਇੱਕ ਸੁਝਾਅ ਦਿੱਤਾ ਬਾਬਾ ਜੀ ਨੂੰ ਮੈਂ ਕਿਹਾ ਇਹ ਤੁਸੀਂ ਪੇੜਾਂ ਦਾ ਹਵਾਈ ਵਾਤਾਵਰਣ ਦੀ ਤਾਂ ਠੀਕ ਗੱਲ ਕਰ ਰਹੇ ਹੋ ਅ ਦੂਜੀ ਗੱਲ ਹੈ ਜਿਹੜਾ ਸਾਡਾ ਪਾਣੀ ਗਿਰਿਆ ਜਾ ਰਿਹਾ ਥੰਦੇ ਵਾਟਰ ਲੈਵਲ ਔਰ ਸੈਕੰਡਲੀ ਪੋਲੂਸ਼ਨ ਹੋ ਰਹੀ ਹੈ ਜਿਹੜੀ ਤੀਸਰਾ ਜਿਹੜਾ ਖਾਰਾ ਪਾਣੀ ਜਿਹੜਾ ਰਾਜਸਥਾਨ ਦੇ ਥੱਲੇ ਹੈ ਜਿਵੇਂ ਜਿਵੇਂ ਅਸੀਂ ਮਿੱਠਾ ਪਾਣੀ ਕਢ ਲਾਂਗੇ ਉਹ ਖਾਰਾ ਪਾਣੀ ਇੱਧਰ ਆਈ ਜਾ ਰਿਹਾ ਸੋ ਇਸ ਕਰਕੇ ਉਹਦੀ ਵੀ ਮੈਂ ਕਿਹਾ ਜਾਗਰਤੀ ਉਹਦੀ ਵੀ ਗੱਲ ਕਰੋ ਲੋਕਾਂ ਨਾਲ ਸੋ ਉਹਨਾਂ ਦੇ ਜਿਹੜੇ ਮੁੱਦੇ ਆ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਕਿ ਥੋੜਾ ਜਿਹਾ ਉਹ ਲੋਕਾਂ ਵਿੱਚ ਲਿਆਈਏ ਕਿਉਂਕਿ ਉਹ ਉਹ ਐਡਵਰਟਾਈਜ਼ ਨਹੀਂ ਕਰਦੇ ਉਹ ਪਹੁੰਚੀ ਹੋਈ ਸ਼ਖਸੀਅਤ ਹੈ ਉਹ ਕਹਿੰਦੇ ਆਪੇ ਹੀ ਲੋਕਾਂ ਨੂੰ ਪਤਾ ਲੱਗ ਜਾਏਗਾ ਅਸੀਂ ਜਿਹੜਾ ਕੰਮ ਕਰੀ ਗਏ ਸੋ ਕੀ ਸੋਚਿਓ ਕੇਸੀ ਸਿੰਘ ਜੀ ਜਦੋਂ ਤੁਹਾਡੇ ਵਰਗੇ ਬਿਊਰੋਕਰੇਟਸ ਇਸ ਤਰ੍ਹਾਂ ਦੇ ਸੋਸ਼ਲ ਪਲੇਟਫਾਰਮ ਬਣਾ ਕੇ ਸਮਾਜ ਦੇ ਵਿੱਚ ਜਾ ਰਹੇ ਨੇ ਪਬਲਿਕ ਵਿੱਚ ਵਿਚਰ ਰਹੇ ਨੇ ਪੰਜਾਬ ਦੀ ਜਾਂ ਦੇਸ਼ ਦੀ ਤਸਵੀਰ ਬਦਲੇਗੀ ਦੇਖੋ ਇਹ ਸੋਚਣਾ ਮੈਂ ਬੜਾ ਕਿਉਂਕਿ ਹਾਲ ਦੀ ਘੜੀ ਤਾਂ ਮਤਲਬ ਤੁਹਾਡੇ ਬਾਰੇ ਇਹ ਹੀ ਕਹਿ ਸਕਦਾ ਕਿ ਮੈਂ ਇਕੱਲਾ ਹੀ ਚੱਲਾ ਥਾ ਜਾਨੇ ਬੇਮੰਜ਼ਿਲ ਲੋਕ ਆਤੇ ਗਏ ਕਾਰਵਾ ਬਣਤਾ ਗਿਆ ਹਲੇ ਤੁਹਾਡੀ ਵੀ ਸ਼ੁਰੂਆਤ ਹੈ ਹਲੇ ਜੰਮੇ ਹੋ ਇਸ ਪਲੇਟਫਾਰਮ ਤੇ ਆ ਕੇ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਲੋਕਾਂ ਨਾਲ ਗੱਲ ਕਰਦੇ ਆਂ ਲੋਕਾਂ ਦਾ ਰਿਐਕਸ਼ਨ ਆਉਂਦਾ ਵੈਕਿਊਮ ਹੈ ਪੰਜਾਬ ਚ ਵੈਕਿਊਮ ਇਸ ਕਹਿੰਦਾ ਹੈ ਕਿ ਮੁੱਦਿਆਂ ਤੇ ਗੱਲ ਨਹੀਂ ਹੋ ਰਹੀ ਠੀਕ ਹੈ ਲੋਕ ਕਨਫਿਊਜ਼ਡ ਹੈ ਬੜੇ ਉਹਨਾਂ ਨੂੰ ਇਹ ਨਹੀਂ ਸਮਝ ਆਉਂਦਾ ਕਿ ਹੂੰ ਇਹ ਕਿਸਾਨ ਕਿੱਧਰ ਨੂੰ ਜਾਏਗਾ ਕਿਸਾਨ ਅੰਦੋਲਨ ਇਹਦੀ ਅੰਗਰੇਜ਼ੀ ਚ ਕਹਿੰਦੇ ਐਂਡ ਗੇਮ ਕੀ ਹੈ ਖਾਤਮ ਖਾਤਮੇ ਖਤਮ ਹੋਏਗਾ ਇਹਦਾ ਖਤਮ ਹੋਣ ਦਾ ਪੁਆਇੰਟ ਬਣੇਗਾ ਕਿਹੜਾ ਹੈਗਾ ਸੋ ਇਸ ਕਰਕੇ ਇਸ ਵੇਲੇ ਲੋਕਾਂ ਨਾਲ ਉਸ ਚੀਜ਼ ਤੇ ਕੋਈ ਗੱਲ ਨਹੀਂ ਕਰ ਰਿਹਾ ਕਿਸਾਨ ਵਾਲੇ ਅੰਦੋਲਨ ਤੇ ਸਾਰੇ ਚੁੱਪ ਹੈ ਪਿੰਡਾਂ ਚ ਨਹੀਂ ਬਣਦੇ ਹੁਣ ਉਦੋਂ ਇੱਕ ਦਿਨ ਬੰਦੇ ਇਕੱਠੇ ਕੀਤੇ ਉਹਨਾਂ ਚੋਂ ਇੱਕ ਕਹਿਣ ਲੱਗਿਆ ਕਿ ਜੀ ਇਹ ਕਹਿ ਰਹੇ ਨੇ ਅਸੀਂ ਜੇ ਪਾਰਟੀ ਬਣਾਉਂਦੇ ਕੱਲ ਨੂੰ ਇਸ ਕਿਸਾਨ ਔਰ ਉਹ ਫਿਰ ਪਿੰਡਾਂ ਚ ਜਾਂਦੇ ਆ ਦਾ ਸਵਾਲੇ ਉੱਠੇਗਾ ਜਦ ਦੂਜੇ ਪੋਲਿਟਿਸ਼ੀਅਨ ਤੁਸੀਂ ਕਹੇ ਸੀ ਪਿੰਡਾਂ ਚ ਨਹੀਂ ਜਾ ਸਕਦੇ ਤੇ ਤੁਸੀਂ ਜਦ ਪੋਲਿਟਿਸ਼ੀਅਨ ਬਣ ਗਏ ਤਾਂ ਕਿਵੇਂ ਜਾਣਦੇ ਹੋ ਹੂੰ ਅੱਛਾ ਇਸ ਮੈਂ ਰਾਜੀਵਾਲ ਸਾਹਿਬ ਨੂੰ ਨਹੀਂ ਮਿਲਿਆ ਕੁਝ ਇੱਕ ਦੋ ਲੀਡਰਾਂ ਨੂੰ ਹੋਰਾਂ ਨੂੰ ਮਿਲੇ ਕੋਸ਼ਿਸ਼ ਕਰ ਰਹੇ ਸਾਰਿਆਂ ਨੂੰ ਮਿਲਣ ਦੀ ਉਹਨਾਂ ਦੀ ਗੱਲ ਰਾਜੀਵਾਲ ਸਾਹਿਬ ਨੇ ਇੱਕ ਗੱਲ ਉਦੋਂ ਕਹੀ ਜਦਨ ਚੀਫ ਮਨਿਸਟਰ ਨੂੰ ਮਿਲਣਾ ਆਇਆ ਜਦਨ ਗੰਨੇ ਦਾ ਗੰਨੇ ਦੀ ਕੀਮਤ ਉਹ ਬਧਾਈ ਹੈ ਹਫਤਾ ਕੋ ਗਿਆ ਸੀ ਤੇ ਉਹਨਾਂ ਨੇ ਕਿਹਾ ਕਿ ਪਿੰਡ ਚ ਜਾਣ ਤੋਂ ਨਾ ਰੋਕੋ ਇਹ ਗਲਤ ਗੱਲ ਹੈ ਇਸ ਗੱਲ 'ਚ ਮੈਂ ਪੂਰਾ ਉਹਨਾਂ ਦੇ ਨਾਲ ਚਲਦਾ ਉਹਨਾਂ ਨੇ ਪਰਟੀਕੂਲਰ ਇੱਕ ਪਾਰਟੀ ਲਈ ਗਿਆ ਹਾਂ ਨਹੀਂ ਕਿਸੇ ਵੀ ਪਾਰਟੀ ਦਾ ਹਾਂ ਮੈਂ ਕਹਿੰਦਾ ਜੇ ਭਾਜਪਾ ਵੀ ਆਉਂਦੀ ਹੈ ਇਹ ਲੋਕਤੰਤਰ ਦੇ ਖਿਲਾਫ ਹੈ ਤੁਸੀਂ ਜਿਹੜਾ ਬੰਦਾ ਆਉਂਦਾ ਉਹਨੂੰ ਖੜਾ ਕਰਕੇ ਖੜਕਾਓ ਉਹਨੂੰ ਸਵਾਲ ਪੁੱਛੋ ਪੁੱਛੋ ਉਹਨੂੰ ਹਾਂ ਗੱਲ ਕਰੋ ਉਹਨੂੰ ਆਪਣੇ ਲੈ ਜਾਓ ਸੱਤ 'ਚ ਲੈ ਜਾਓ ਉਹਨੂੰ ਆਪਣੇ ਜਿੱਥੇ ਪੰਚਾਇਤ ਮਿਲਦੀ ਹੈ ਉੱਥੇ ਲੈ ਜਾਓ ਉਹਨੂੰ ਕਹੋ ਪਹਿਚਾਗਾ ਤੂੰ ਦੱਸ ਹੁਣ ਆਸਕਲ ਦਾ ਜਵਾਬ ਦੇ ਤੂੰ ਆਪਣੇ ਪ੍ਰਧਾਨ ਮੰਤਰੀ ਤਾਈਂ ਪੁੱਛਾ ਜੀ ਔਰ ਕੜੀ ਨਹੀਂ ਤੋੜਨੀ ਚਾਹੀਦੀ ਜਿਸ ਦੇ ਨਾਲ ਇੱਕ ਲੋਕਤੰਤਰ ਚੱਲਦਾ ਹੈ ਜੀ ਜੇ ਅਸੀਂ ਆਪਣੇ ਹੱਥ 'ਚ ਇਹ ਗੱਲ ਲੈ ਲਾਂਗੇ ਫਿਰ ਤਾਂ ਕੋਈ ਵੀ ਬੰਦਾ ਰੋਕਣਾ ਸ਼ੁਰੂ ਕਰ ਦੂਗਾ ਕੋਈ 2 400 500 ਬੰਦੇ ਉਹ ਕਹਿਣ ਜੀ ਕਿਤੇ ਵਧ ਨਹੀਂ ਦੇਣਾ ਇਹ ਤਾਂ ਫਿਰ ਤਾਂ ਕਾਨੂੰਨ ਤੁਸੀਂ ਆਪਣੇ ਹੱਥ 'ਚ ਲੈ ਰਹੇ ਆ ਲੋਕਤੰਤਰ ਚੱਲਣ ਦਾ ਤਰੀਕਾ ਇਹ ਹੈ ਹਮ 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 ਸਵਾਲ ਪੁੱਛੋ ਹਮ ਹਮ ਲੇਕਿਨ ਇਹ ਨਾ ਕਹੋ ਕਿ ਜੀ ਕੋਈ ਬੰਦਾ ਅੰਦਰ ਨਹੀਂ ਆ ਸਕਦਾ ਬਾਹਰ ਨਹੀਂ ਆ ਸਕਦਾ ਹਾਂ ਜੇ ਉਹ ਤੁਹਾਨੂੰ ਬੁਲਾਉਂਦੇ ਨਾ ਜਾਓ ਉਹਦੀ ਰੈਲੀ ਤੇ ਨਾ ਜਾਓ ਤੋਂ ਨੂੰ ਗੁੱਸਾ ਜੇ ਹੈ ਤੁਹਾਡੇ ਪਿੰਡ ਚ ਆ ਰਿਹਾ ਬੰਦਾ ਤੁਹਾਨੂੰ ਮਿਲਣ ਆ ਰਿਹਾ ਉਹਨੂੰ ਇੱਕ ਕਿਸਾਨ ਨੇ ਲੀਡਰ ਨੇ ਪੁੱਛਿਆ ਇਹ ਤੁਹਾਨੂੰ ਪਤਾ ਹੋ ਜਾ ਟੇਪ ਜਾ ਰਿਹਾ ਡਿਪਟੀ ਚੀਫ ਮਿਨਿਸਟਰ ਸੁਖਵੀਰ ਉਹਨਾਂ ਨੂੰ ਪੁੱਛਿਆ ਸੋ ਇਸ ਤਰੀਕੇ ਨਾਲ ਜਵਾਬ ਸਵਾਲ ਕਰੋ ਬੰਦੇ ਬੰਦੇ ਕੋਲ ਕੈਮਰਾ ਹੈ ਤੁਸੀਂ ਉਹਨੂੰ ਰਿਕਾਰਡ ਕਰ ਲੈਣੇ ਆ ਉਹਨੂੰ ਪੁੱਛੋ ਸਵਾਲ ਸ਼ਹਿਰੀ ਕਿਤੇ ਕਾਰਨ ਹੋਏਗਾ ਜਦੋਂ ਇੰਨਾ ਵੱਡੇ ਪੱਧਰ ਤੇ ਵਿਰੋਧ ਰ ਹੈ 10 ਦਿਨ ਲਈ ਆਪਣੀ ਮੁਲਤਵੀ ਕਰ ਦਿੱਤਾ ਆਪਣਾ ਇਹ ਗੱਲ ਪੰਜਾਬ ਦੀ ਦੋ ਰਾਜ ਉਹਨਾਂ ਨੇ ਕਰ ਦਿੱਤਾ ਇਟ ਇਜ਼ ਵਨ ਆਫ ਦਾ ਰੀਜ਼ਨ ਵਨ ਆਫ ਦਾ ਫੈਕਟ ਪ੍ਰੋਬੇਬਲੀ ਉਹਨਾਂ ਨੂੰ ਕਹੋ ਕਿ ਜਦ ਤੁਸੀਂ ਜੇ ਉਹ ਵੱਡੇ ਫੰਕਸ਼ਨ ਕਰਦੇ ਉਹਨੂੰ ਬਾਇਕਟ ਕਰੋ ਉੱਥੇ ਨਾ ਜਾਓ ਉਹ ਤੁਹਾਡਾ ਯੂ ਨੋ ਅਧਿਕਾਰ ਹੈ ਕਿ ਉਹ ਬੰਦਾ ਤੁਹਾਨੂੰ ਰੈਲੀ ਤੇ ਬੁਲਾਇਆ ਤੁਸੀਂ ਨਾ ਜਾਓ ਉਹ ਲੋਕਤੰਤਰ ਦਾ ਅਧਿਕਾਰ ਹੈ ਕਿ ਮੈਂ ਤੇਰੀ ਰੈਲੀਜ਼ ਨਹੀਂ ਆਉਂਗਾ ਲੇਕਿਨ ਉਹ ਤੁਹਾਡੇ ਪਿੰਡ ਚ ਆਏ ਤੁਸੀਂ ਕਹੋ ਤੈਨੂੰ ਮੈਂ ਬੋਲਣ ਨਹੀਂ ਦੇਣਾ ਇਹ ਲੋਕਤੰਤਰ ਦੇ ਖਿਲਾਫ ਹੈ ਜੀ ਸੋ ਦਰਸ਼ਕੋ ਕੇਸੀ ਸਿੰਘ ਉਹਨਾਂ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਤੇ ਇਹਨਾਂ ਨੇ ਆਪਣੇ ਗੱਲਬਾਤ ਦੌਰਾਨ ਬੜਾ ਸਾਫ਼ ਕੀਤਾ ਪੰਜਾਬ ਦੇ ਨਿਜ਼ਾਮ ਦੀ ਗੱਲ ਕਰੀਏ ਉਹ ਰਾਜਨੀਤਿਕ ਨਿਜ਼ਾਮ ਦੀ ਗੱਲ ਕਰ ਲਈ ਉਹ ਵਿਕਾਸ ਦੀ ਗੱਲ ਕਰ ਲਈ ਤਾਂ ਸਰਵਪੌਰੀ ਸਭ ਤੋਂ ਉੱਪਰ ਜਨਤਾ ਹੈਗੀ ਹੈ ਜਨਤਾ ਜਨਾਰਦਨ ਹੈਗੀ ਹੈ ਸਿਰਫ ਉਹਨਾਂ ਨੂੰ ਜਾਗਰੂਕ ਹੋਣ ਦੀ ਲੋੜ ਹੈਗੀ ਹੈ ਹੁਣ ਭਾਵੇਂ ਕੱਲ ਨੂੰ ਫਿਰ ਜਿਹੜੀਆਂ ਵਿਧਾਨ ਸਭਾ ਚੋਣਾਂ ਆੜੀਆਂ ਨੇ ਫਿਰ ਸ਼ਰੂਮਣੀ ਅਕਾਲੀ ਦਲ ਦੀ ਯਾਤਰਾ ਸ਼ਾਇਦ ਸ਼ੁਰੂ ਹੋ ਜੇਗੀ 10 ਦਿਨ ਦੇ ਬਾਅਦ ਗੱਲ ਪੰਜਾਬ ਦੀ ਤਾਂ ਜਿਹੜੇ ਵਿਸ਼ੇ ਹੈਗੇ ਨੇ ਲੋਕਾਂ ਦੇ ਮਨਾਂ 'ਚ ਸਵਾਲ ਹੈਗੇ ਨੇ ਭਾਵੇਂ ਸੌਦਾ ਸਾਦ ਨੂੰ ਮਾਫੀ ਦੇਣ ਦੀ ਗੱਲ ਉ ਸਵਾਲ ਪੁੱਛੋ ਤੇ ਭਾਵੇਂ ਗੱਲ ਉੱਠੇਗੀ ਬੇਅਦਬੀ ਮਾਮਲਿਆਂ ਦੀ ਉਸਦੇ ਬਾਰੇ ਵੀ ਸਵਾਲ ਪੁੱਛੋ ਤੇ ਹਰ ਚੀਜ਼ ਨੂੰ ਲੈ ਕੇ ਜਨਤਾ ਜਿਹੜੀ ਹੈ ਸਵਾਲ ਕਰ ਸਕਦੀ ਹੈ ਸੋਸ਼ਲ ਪਲੇਟਫਾਰਮ ਜਿਹੜੇ ਉਹਨਾਂ ਦੀ ਸਹਾਇਤਾ ਲਈ ਸਾਂਝਾ ਸੁਨੇਹਾਰਾ ਪੰਜਾਬ ਵਰਗੇ ਆ ਰਹੇ ਨੇ ਡਾਇਲੌਗ ਵਿਦ ਕਾਮਨ ਮੈਨ ਵੀ ਜਿਹੜਾ ਹੋ ਰਿਹਾ ਸੋ ਕਿਤਨਾ ਕਿਤੇ ਜਨਤਾ ਹੀ ਡਿਸਾਈਡ ਕਰੇਗੀ ਸਾਡਾ ਆਪਣਾ ਤੇ ਸਾਡੇ ਬੱਚਿਆਂ ਦਾ ਭਵਿੱਖ ਕੀ ਹੈ ਸੋ ਕੇਸੀ ਸਿੰਘ ਜੀ ਤੂੰ ਸਾਡੇ ਸਟੂਡੀਓ ਚ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬੁਲਾਇਆ ਬਹੁਤ ਮਿਹਰਬਾਨੀ ਜੀ ਹੁਣ ਦਿਓ ਬਲਜੀਤ ਪਰਵਾਹ ਨੂੰ ਇਜਾਜ਼ਤ ਸ਼ੁਕਰੀਆ